ਮੈਂ ਦੱਸ ਤਾ ਰਿਹਾ ਜੀ, ਲਾਈਟ ਹੁੰਦੀ ਨਹੀਂ, ਪੀਣ ਵਾਲਾ ਪਾਣੀ ਮਿਲਦਾ ਨਹੀਂ, ਬਰਸਾਤੀ ਪਾਣੀ ਨਿਕਲਦਾ ਨਹੀਂ। ਆਹ ਸਾਡੀ ਪੰਜਾਬ ਸਰਕਾਰ ਦਾ ਹਾਲ ਹੈ ਜੀ। ਜੇ ਘਰੋਂ ਬਾਹਰ ਨਿਕਲੋ ਜੀ ਤੇ ਸੋਨੇ ਦੀ ਜੇ ਚੀਜ਼ ਪਾਈ ਹੈ ਤੇ ਬਾਂਹ ਕੋਈ ਕਹਿੰਦੇ ਬੰਦਾ ਉਂਗਲ ਹੀ ਲਾ ਕੇ ਲੈ ਜਾਵੇ ਜੀ, ਜੇ ਮੁੰਦਰੀ ਪਾਈ ਤਾਂ ਜੀ। ਤੇ ਮੈਂ ਤਾਂ ਮੇਰੀ ਪਰਸਨਲ ਓਪੀਨੀਅਨ ਹੈ, ਮੈਂ ਤਾਂ ਭਗਵੰਤ ਮਾਨ ਜੀ ਕਹਿੰਦੇ ਕਿ ਬਾਹਰ ਨਾ ਜਾਓ 20-25 ਲੱਖ ਰੁਪਇਆ ਖਰਚ ਕੇ, ਮੈਂ ਤਾਂ ਇਹ ਕਹਿੰਦਾ ਜੀ ਜਿਹੜਾ ਕੋਈ ਐਜੂਕੇਟਿਡ ਹੈ ਜਾਂ ਜਿਹਦੇ ਕੋਲ 4 ਪੈਸੇ ਹੈਗੇ ਉਹ ਜ਼ਰੂਰ ਬਾਹਰ ਜਾਵੇ, ਕਿਉਂਕਿ ਪੰਜਾਬ ਦੇ ਹਾਲਾਤ ਬਹੁਤੇ ਵਧੀਆ ਨਹੀਂ ਹੈਗੇ। ਉਹਦਾ ਕਾਰਨ ਜਿਹੜੀ ਆ ਉਹ ਸਾਡੀ ਆਮ ਆਦਮੀ ਪਾਰਟੀ ਸਰਕਾਰ ਹੈ। ਕੜਾ ਪਾਇਆ ਤਾਂ ਬਾਂਹ ਲਾ ਕੇ ਲੈ ਜਾਂਦੇ ਆ, ਇਹ ਹਾਲਾਤ ਹੋਏ ਪਏ ਜੀ। ਲੁੱਟਾਂ ਖੋਹਾਂ ਪੈਸਾ ਲੈ ਕੇ ਤੁਸੀਂ ਕਿਤੇ ਜਾ ਨਹੀਂ ਸਕਦੇ ਜੀ, ਕਿਤੇ ਕੰਮ ਨਹੀਂ, ਨੇਰ ਸਵੇਰ ਬਾਹਰ ਜਾਣਾ ਹੋਵੇ ਤਾਂ ਨਹੀਂ ਤੁਸੀਂ ਜਾ ਸਕਦੇ ਜੀ। ਕਿਤੇ ਕੋਈ ਮੁਸਤੈਦੀ ਨਹੀਂ, ਕਿਤੇ ਕੋਈ ਪੁਲਿਸ ਦੀ ਕੋਈ ਗਸ਼ਤ ਨਹੀਂ ਹੈਗੀ ਜੀ। ਪਰਮਾਤਮਾ ਜਾਣੇ ਜੀ, ਬਸ ਨੋਟਿਸ ਤੋਂ ਨੋਟਿਸ ਕੱਢੀ ਜਾਂਦੀ ਹੈ ਜੀ, ਬਸ ਉਹ ਭਗਵੰਤ ਮਾਨ ਜੀ ਟੀਵੀ 'ਤੇ ਕਹਿ ਦਿੰਦੇ ਆ। ਜਦੋਂ ਟੀਵੀ 'ਤੇ ਉਹਨਾਂ ਦੀ ਸਪੀਚ ਸੁਣੀ ਦੀ ਹੈ, ਬੜਾ ਚੰਗਾ ਲੱਗਦਾ ਭਗਵੰਤ ਮਾਨ ਜੀ ਦੀ ਸਪੀਚ ਸੁਣ ਕੇ, ਪਤਾ ਲੱਗਦਾ ਹਾਏ ਅਸੀਂ ਕਿਸੇ ਫੋਰਨ ਕੰਟਰੀ 'ਚ ਆ ਗਏ ਹਾਂ। ਜਦੋਂ ਟੀਵੀ ਬੰਦ ਕਰੀ ਦਾ, ਸਪੀਚ ਖਤਮ ਹੁੰਦੀ ਆ, ਵਾਪਸ ਰੋਡ 'ਤੇ ਆਈ ਦਾ, ਉਹ ਦੇਖੀ ਦਾ, ਉਹ ਤਾਂ ਪੰਜਾਬ ਦੇ ਹਾਲਾਤ ਜਿਹੜਾ ਉਹਦੇ ਰੰਗਲਾ ਪੰਜਾਬ, ਮੈਂ ਕਹਿੰਦਾ ਜੀ ਪੰਜਾਬ ਦੇ ਤਾਂ ਹਾਲਾਤ ਹੀ ਬਹੁਤ ਮਾੜੇ ਕਰਦੇ ਜੀ। ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ ਦੋਸਤੋ, ਮੈਂ ਗੁਰਮੀਤ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਖਬਰੀਲਾ ਟੀਵੀ। ਦੋਸਤੋ, ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਕਾਰਪੋਰੇਸ਼ਨ ਦੀਆਂ ਇਲੈਕਸ਼ਨਸ ਹੋਣ ਜਾ ਰਹੇ ਨੇ, ਵੋਟਾਂ ਹੋਣ ਜਾ ਰਹੀਆਂ, ਚੁਣਾਵ ਹੋਣ ਜਾ ਰਹੇ ਨੇ, ਤਾਂ ਉਸੇ ਮੱਦੇਨਜ਼ਰ ਰੱਖਦੇ ਹੋਏ ਪਹੁੰਚੇ ਹਾਂ ਵਾਰਡ ਨੰਬਰ 55 ਗੁਰਦੁਆਰਾ ਨੀਲਾ ਝੰਡਾ ਦੇ ਨਜ਼ਦੀਕ। ਸਿਮਰਨ ਸਿੰਘ ਸਿੰਮੂ ਜੀ ਕੋਲ ਗੱਲਬਾਤ ਕਰਦੇ ਹਾਂ, ਕੀ ਵਿਊ ਉਹਨਾਂ ਦਾ, ਕਿਸ ਤਰ੍ਹਾਂ ਨਜ਼ਰ ਤੋਂ ਦੇਖਦੇ ਨੇ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਖਬਰੀਲਾਲ ਚੈਨਲ ਵਿੱਚ ਜੀ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਸਾਡੇ ਕੋਲ ਆਏ ਹੋ। ਮੇਰਾ ਨਾਂ ਸਿਮਰਨ ਸਿੰਘ ਸਿੰਮੂ ਹੈ ਜੀ। ਐਟ ਪ੍ਰੈਜੈਂਟ ਮੇਰੇ ਮਦਰ ਇੱਥੋਂ ਕਾਉਂਸਲਰ ਹੈ ਜੀ, ਪਰਵਿੰਦਰ ਕੌਰ ਜੱਸਾ, ਅਤੇ ਉਸ ਤੋਂ ਪਿਛਲੀ ਵਾਰੀ ਮੇਰੇ ਫਾਦਰ ਸਾਹਿਬ ਕਾਉਂਸਲਰ ਸੀ ਜੀ, ਸਰਦਾਰ ਜਸਬੀਰ ਸਿੰਘ ਜੱਸਾ ਜੀ। ਅਤੇ ਨਿਰੰਤਰ 10 ਸਾਲਾਂ ਤੋਂ ਅਸੀਂ ਇਸ ਇਲਾਕੇ ਦੀ ਸੇਵਾ ਕਰ ਰਹੇ ਹਾਂ। ਖੈਰ, ਜੇ ਰਾਜਨੀਤੀ ਤੌਰ 'ਤੇ ਦੇਖੀਏ, ਮੇਰੇ ਫਾਦਰ ਸਾਹਿਬ ਮਿਨੀਮਮ 40-50 ਸਾਲ ਤੋਂ ਰੈਗੂਲਰ ਹਮੇਸ਼ਾ ਸੇਵਾ ਲਈ ਅੱਗੇ ਖੜ੍ਹੇ ਹੁੰਦੇ ਆ ਜੀ। ਸਰ, ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਹੁਣ ਆਪਣੀਆਂ MP ਦੀਆਂ ਵੋਟਾਂ ਨਿਕਲ ਗਈਆਂ ਨਾ, ਉਸ ਤੋਂ ਬਾਅਦ ਇੱਕਦਮ ਹੀ ਕਾਰਪੋਰੇਸ਼ਨ ਦੀਆਂ ਵੋਟਾਂ ਅਨਾਊਂਸ ਹੋ ਚੁੱਕਾ ਹੈ, ਤਕਰੀਬਨ ਆਉਣ ਹੀ ਵਾਲੀਆਂ ਨੇ, ਉਹ ਕਿਸ ਤਰ੍ਹਾਂ ਦੇਖਦੇ ਹੋ ਵੀ ਪਾਰਟੀ ਵੱਲੋਂ ਕੀ ਰਿਸਪੋਂਸ ਦਿੱਤਾ ਜਾਏਗਾ ਵੀ ਇਸ ਵੋਟਾਂ ਨੂੰ ਜਿੱਤਣ ਵਾਸਤੇ? ਜੇ MP ਦੀ ਵੋਟਾਂ ਨੂੰ ਦੇਖੀਏ ਤਾਂ ਮੇਰੇ ਹਿਸਾਬ ਨਾਲ ਸ਼ਹਿਰ ਦੇ 6 ਹਲਕੇ ਜਿਹੜੇ ਹੈ ਜੀ, ਉਹ BJP ਜਿੱਤ ਰਹੀ ਹੈ ਜੀ। ਸਾਡੀ ਸੈਂਟਰ ਕੌਂਸਟੀਚੁਐਂਸੀ ਦੇ ਵਿੱਚੋਂ BJP ਨੰਬਰ 1 'ਤੇ ਰਹੀ ਹੈ ਜੀ। ਸਾਡੇ ਵਾਰਡ ਦੇ ਵਿੱਚੋਂ ਜੇ ਅਸੀਂ ਆਈਡੀਆ ਲਾਈਏ, ਨੀਅਰ ਅਬਾਊਟ 1200 ਵੋਟਾਂ ਤੋਂ BJP ਅੱਗੇ ਰਹੀ ਹੈ। ਕਾਂਗਰਸ ਨੂੰ ਮੇਰੇ ਖਿਆਲ 1450 ਅਤੇ ਜਾਂ 1500 ਝਾੜੂ ਨੂੰ ਪਈਆਂ ਜੀ। ਨੀਅਰ ਅਬਾਊਟ 3000 ਦੇ ਕਰੀਬ ਜਿਹੜੀ ਵੋਟ ਹੈ ਉਹ BJP ਨੂੰ ਪਈ ਹੈ। ਜੇ ਦੋਨਾਂ ਦੀ ਮਿਲਾ ਵੀ ਲਿੱਤੀ ਜਾਵੇ ਤਾਂ ਵੀ BJP ਨੂੰ ਫਾਲਤੂ ਵੋਟ ਪਈ ਹੈ ਜੀ। ਅਤੇ ਨੈਚੁਰਲੀ ਗੱਲ ਹੈ, ਜਿਸ ਹਿਸਾਬ ਨਾਲ ਜੇ MP ਦੇ ਇਲੈਕਸ਼ਨ ਨੂੰ ਦੇਖਦੇ ਹੋਏ ਚੱਲੀਏ ਤਾਂ ਲੁਧਿਆਣੇ ਸ਼ਹਿਰ ਦਾ ਜਿਹੜਾ ਮੇਅਰ ਹੋਏਗਾ ਉਹ BJP ਦਾ ਬਣਿਆ ਜੀ। ਦੇਖਿਆ ਬਹੁਤ ਹੀ ਘੱਟ ਮਾਰਜਨ ਨਾਲ ਵੀ ਜਿੱਤ ਹੋਈ ਸੀ ਵੜਿੰਗ ਸਾਹਿਬ ਦੀ ਵੀ। ਹਾਂ, ਵੜਿੰਗ ਸਾਹਿਬ ਦੀ ਜਿੱਤ ਦਾ ਰੀਜ਼ਨ ਸੀਗਾ ਜੀ ਕਿਸਾਨ ਅਤੇ ਪਿੰਡ। ਪਿੰਡਾਂ ਦੇ ਵਿੱਚ BJP ਨੂੰ ਨਾਪਸੰਦ ਕੀਤਾ ਗਿਆ ਜੀ, ਉੱਥੇ ਵੋਟਾਂ ਘੱਟ ਪਈਆਂ ਕਿਸਾਨ ਮੋਰਚੇ ਕਰਕੇ, ਅਤੇ ਉਹਦਾ ਰੀਜ਼ਨ ਸੀ ਕਾਂਗਰਸ ਜਿਹੜੀ ਪਾਰਟੀ ਹੈ ਉਹ ਜਿੱਤੀ ਜੀ। 4 ਹਲਕੇ ਕਾਂਗਰਸ ਜਿੱਤੀ ਸੀ, 5 ਹਲਕੇ BJP ਜਿੱਤੀ ਸੀ ਜੀ।
ਤੋਂ ਜੋ ਹੁਣ ਆਪਾਂ ਕਾਰਪੋਰੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਹਰੇਕ ਏਰੀਆ ਦੇ ਵਿੱਚੋਂ ਆਪਣੇ ਪਾਰਟੀ ਦੇ ਨੁਮਾਇੰਦੇ ਵਗੈਰਾ ਖੜੇ ਕੀਤੇ ਜਾਣਗੇ? ਬਿਲਕੁਲ ਜੀ, ਨੈਚੁਰਲੀ ਗੱਲ ਹੈ ਜੀ, ਹਰ ਏਰੀਏ ਦੇ ਵਿੱਚੋਂ ਕੌਂਸਲਰ ਵਾਸਤੇ ਕੈਂਡੀਡੇਟ ਖੜੇ ਕੀਤੇ ਜਾਣਗੇ ਅਤੇ ਉਮੀਦ ਵੀ ਹੈ ਸ਼ਹਿਰ ਦੀਆਂ ਤਕਰੀਬਨ ਸੀਟਾਂ ਜਿਹੜੀਆਂ ਉਹ BJP ਜਿੱਤੇਗੀ ਅਤੇ BJP ਦਾ ਮੇਅਰ ਬਣੂਗਾ। ਪਰ ਸਭ ਤੋਂ ਵੱਡਾ ਕਾਰਨ ਇਹ ਹੈ ਜੇ ਇਲੈਕਸ਼ਨ ਹੋਏ, ਪਰ ਜਿਹੜੇ ਆਮ ਆਦਮੀ ਪਾਰਟੀ ਦੇ ਹਾਲਾਤ ਹੈ ਉਹ ਆਸਾਰ ਨਹੀਂ ਲੱਗਦੇ ਕਿ ਪੰਜਾਬ ਦੇ ਵਿੱਚ ਜਾਂ ਲੁਧਿਆਣਾ ਸ਼ਹਿਰ ਦੇ ਵਿੱਚ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਣਗੇ। ਕਿਸ ਐਂਗਲ ਤੋਂ ਦੇਖ ਰਹੇ ਤੁਸੀਂ, ਕਿਉਂ ਨਹੀਂ ਹੋ ਸਕਦੇ? ਕਿਉਂ ਨਹੀਂ ਹੋ ਸਕਦੇ? ਇਹਦਾ ਸਭ ਤੋਂ ਵੱਡਾ ਐਂਗਲ ਜਿਹੜਾ ਜੀ, ਸਾਡੇ ਲੁਧਿਆਣੇ ਸ਼ਹਿਰ ਦੇ 9 ਹਲਕੇ ਆ ਜੀ, 9 ਵਿੱਚੋਂ 5 BJP ਜਿੱਤ ਗਈ ਜੀ, 4 ਕਾਂਗਰਸ ਜਿੱਤ ਗਈ, ਝਾੜੂ ਇੱਕ ਵੀ ਹਲਕਾ ਨਹੀਂ ਜਿੱਤ ਪਾਇਆ ਜੀ, ਆਮ ਆਦਮੀ ਪਾਰਟੀ ਇੱਕ ਵੀ ਹਲਕਾ ਨਹੀਂ ਜਿੱਤ ਪਾਇਆ। ਉਹਦਾ ਬੜਾ ਵੱਡਾ ਕਾਰਨ ਰਿਹਾ ਜੇ ਸਰਕਾਰ ਨੇ ਚੰਗੇ ਕੰਮ ਕੀਤੇ ਹੁੰਦੇ ਸ਼ਾਇਦ ਸਰਕਾਰ ਨੂੰ ਇਹ ਚੀਜ਼ ਦਾ ਸਾਹਮਣਾ ਨਾ ਕਰਨਾ ਪੈਂਦਾ। ਸਰਕਾਰ ਨੂੰ ਨਾਕਾਮੀ ਦਾ ਸਾਹਮਣਾ ਤਾਂ ਹੀ ਕਰਨਾ ਪਿਆ, ਸਰਕਾਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਸੀ। ਉਹ ਜਿਹੜੀ ਕਮੀਆਂ ਉਹ ਜੱਗ ਜ਼ਾਹਰ ਹੈ, ਲੁੱਟਾਂ ਖੋਹਾਂ ਹੋ ਰਹੀਆਂ, ਗੋਲੀਆਂ ਚੱਲ ਰਹੀਆਂ, ਡਕੈਤੀਆਂ ਹੋ ਰਹੀਆਂ, ਤਾਲੇ ਤੋੜੇ ਜਾ ਰਹੇ ਹੈ, ਜੇ ਦੇਖੀਏ ਬਿਜਲੀ ਲਾਈਟ ਰਹਿੰਦੀ ਨਹੀਂ 24 ਘੰਟੇ 'ਚੋਂ, ਮੇਰੇ ਹਿਸਾਬ ਨਾਲ ਨਾ ਨਾ ਕਰਦੇ 10-12 ਘੰਟੇ ਤਾਂ ਲਾਈਟ ਹੀ ਨਹੀਂ ਹੁੰਦੀ ਜੀ ਇੱਥੇ। ਉਹ ਲਾਈਟ ਠੀਕ ਕਰਾਉਂਦੇ ਆ ਫਿਰ 10 ਮਿੰਟ ਬਾਅਦ ਬੰਦ ਹੋ ਜਾਂਦੀ ਹੈ ਜੀ, ਮੈਂਟੇਨੈਂਸ ਨਹੀਂ ਹੈਗੀ, ਕੋਈ ਰੋਡ ਰਿਪੇਅਰ ਨਹੀਂ ਹੋ ਰਹੀ, ਕੋਈ ਕੰਮ ਨਹੀਂ ਚੱਲ ਰਿਹਾ। ਡਿਸਪੋਜ਼ਲ ਆ ਸਾਡੇ ਕਿਤੇ ਨਾਲੇ ਦਾ ਪ੍ਰੋਜੈਕਟ ਚੱਲ ਰਿਹਾ ਜੀ, ਉਹ ਮਿਨੀਮਮ 4.5 ਸਾਲਾਂ ਤੋਂ ਚੱਲ ਰਿਹਾ ਜੀ, 2 ਸਾਲ ਸਾਡੀ ਪਿਛਲੀ ਕਾਂਗਰਸ ਸਰਕਾਰ 'ਚ ਚੱਲਿਆ, 2.5 ਸਾਲ ਸਾਡੀ ਹੁਣ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ 'ਚ ਚੱਲ ਰਿਹਾ ਜੀ, ਅਤੇ ਉਹਦੀ ਪ੍ਰੋਗਰੈਸ ਦੇਖੋ, ਮੇਰੇ ਹਿਸਾਬ ਨਾਲ ਸ਼ਾਇਦ 2.5 ਸਾਲਾਂ ਦੇ ਵਿੱਚ 2.5% ਵੀ ਕੰਮ ਨਹੀਂ ਹੋਇਆ ਜੀ। ਹਾਂ, ਦੇਖਿਆ ਵੀ ਬਹੁਤ ਸਾਰੇ ਐਸੇ ਵਾਰਡ ਜਿਨ੍ਹਾਂ ਦੀ ਖਬਰਾਂ ਵੀ ਨਿਕਲ ਕੇ ਆ ਰਹੀਆਂ ਜਿੱਥੇ 2-2 ਦਿਨ ਵਾਸਤੇ ਬਿਜਲੀ ਨਹੀਂ ਆ ਰਹੀ, ਬਿਜਲੀ ਨਹੀਂ ਆ ਰਹੀ ਤਾਂ ਪਾਣੀ ਦੀ ਵੀ ਸਮੱਸਿਆ ਨਾਲ ਪੈਦਾ ਹੋ ਰਹੀ ਹੈ, ਕੀ ਕਹੋਗੇ ਉਹਨਾਂ ਵਾਸਤੇ? ਮੈਂ ਦੱਸਦਾ ਰਿਹਾ ਜੀ, ਲਾਈਟ ਹੁੰਦੀ ਨਹੀਂ, ਪੀਣ ਵਾਲਾ ਪਾਣੀ ਮਿਲਦਾ ਨਹੀਂ, ਬਰਸਾਤੀ ਪਾਣੀ ਨਿਕਲਦਾ ਨਹੀਂ, ਆਹ ਸਾਡੀ ਪੰਜਾਬ ਸਰਕਾਰ ਦਾ ਹਾਲ ਹੈ ਜੀ। ਜੇ ਘਰੋਂ ਬਾਹਰ ਨਿਕਲੋ ਜੀ ਅਤੇ ਸੋਨੇ ਦੀ ਜੇ ਚੀਜ਼ ਪਾਈ ਹੈ ਅਤੇ ਉਹ ਬਾਂਹ ਕੋਈ ਕਹਿੰਦੇ ਬੰਦਾ ਉਂਗਲ ਹੀ ਲਾ ਕੇ ਲੈ ਜਾਵੇ ਜੀ, ਜੇ ਮੁੰਦਰੀ ਪਾਈ ਤਾਂ ਜੀ, ਕੜਾ ਪਾਇਆ ਤਾਂ ਬਾਂਹ ਲਾ ਕੇ ਲੈ ਜਾਂਦੇ ਆ। ਇਹ ਹਾਲਾਤ ਹੋਏ ਪਏ ਜੀ, ਲੁੱਟਾਂ ਖੋਹਾਂ, ਪੈਸਾ ਲੈ ਕੇ ਤੁਸੀਂ ਕਿਤੇ ਜਾ ਨਹੀਂ ਸਕਦੇ ਜੀ, ਕਿਤੇ ਕੰਮ ਨਹੀਂ, ਨੇਰ ਸਵੇਰ ਬਾਹਰ ਜਾਣਾ ਹੋਵੇ ਤਾਂ ਨਹੀਂ ਤੁਸੀਂ ਜਾ ਸਕਦੇ ਜੀ, ਕਿਤੇ ਕੋਈ ਮੁਸਤੈਦੀ ਨਹੀਂ, ਕਿਤੇ ਕੋਈ ਪੁਲਿਸ ਦੀ ਕੋਈ ਗਸ਼ਤ ਨਹੀਂ ਹੈਗੀ ਜੀ। ਪਰਮਾਤਮਾ ਜਾਣੇ ਜੀ, ਬਸ ਨੋਟਿਸ 'ਤੇ ਨੋਟਿਸ ਕੱਢੀ ਜਾਂਦੀ ਹੈ ਜੀ, ਬਸ ਉਹ ਭਗਵੰਤ ਮਾਨ ਜੀ TV 'ਤੇ ਕਹਿ ਦਿੰਦੇ ਆ, ਜਦੋਂ TV 'ਤੇ ਉਹਨਾਂ ਦੀ ਸਪੀਚ ਸੁਣੀ ਦੀ ਹੈ ਬੜਾ ਚੰਗਾ ਲੱਗਦਾ, ਭਗਵੰਤ ਮਾਨ ਜੀ ਦੀ ਸਪੀਚ ਸੁਣ ਕੇ ਪਤਾ ਲੱਗਦਾ ਹਾਏ ਅਸੀਂ ਕਿਸੇ ਫੋਰਨ ਕੰਟਰੀ 'ਚ ਆ ਗਏ ਹਾਂ। ਜਦੋਂ TV ਬੰਦ ਕਰੀਦਾ, ਸਪੀਚ ਖਤਮ ਹੁੰਦੀ ਹੈ, ਵਾਪਸ ਰੋਡ 'ਤੇ ਆਈਦਾ, ਉਹ ਦੇਖੀਦਾ, ਉਹ ਤਾਂ ਪੰਜਾਬ ਦੇ ਹਾਲਾਤ ਜਿਹੜਾ ਉਹ ਕਹਿੰਦਾ ਰੰਗਲਾ ਪੰਜਾਬ, ਮੈਂ ਕਹਿੰਦਾ ਜੀ ਪੰਜਾਬ ਦੇ ਤਾਂ ਹਾਲਾਤ ਹੀ ਬਹੁਤ ਮਾੜੇ ਕਰਤੇ ਜੀ। ਅਤੇ ਮੈਂ ਤਾਂ ਮੇਰੀ ਪਰਸਨਲ ਓਪੀਨੀਅਨ ਹੈ, ਮੈਂ ਤਾਂ ਭਗਵੰਤ ਮਾਨ ਜੀ ਕਹਿੰਦੇ ਕਿ ਬਾਹਰ ਨਾ ਜਾਓ 20-25 ਲੱਖ ਰੁਪਇਆ ਖਰਚ ਕੇ, ਮੈਂ ਤਾਂ ਇਹ ਕਹਿੰਦਾ ਜੀ ਜਿਹੜਾ ਕੋਈ ਐਜੂਕੇਟਿਡ ਆ ਜਾਂ ਜਿਹਦੇ ਕੋਲ 4 ਪੈਸੇ ਹੈਗੇ ਉਹ ਜ਼ਰੂਰ ਬਾਹਰ ਜਾਵੇ, ਕਿਉਂਕਿ ਪੰਜਾਬ ਦੇ ਹਾਲਾਤ ਬਹੁਤੇ ਵਧੀਆ ਨਹੀਂ ਹੈਗੇ। ਉਹਦਾ ਕਾਰਨ ਜਿਹੜੀ ਆ ਉਹ ਸਾਡੀ ਆਮ ਆਦਮੀ ਪਾਰਟੀ ਸਰਕਾਰ ਹੈ ਜੀ। ਦੇਖਣ ਨੂੰ ਮਿਲ ਰਿਹਾ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਲੁੱਟਾਂ ਖੋ ਰਹੀਆਂ, ਚੇਨ ਖੋ ਰਿਹਾ, ਹੈ ਨਾ, ਗੋਲੀਆਂ ਚੱਲ ਰਹੀਆਂ, ਇਸ ਤੋਂ ਇੱਕ ਬਹੁਤ ਵੱਡਾ ਮੁੱਦਾ ਤੁਸੀਂ ਦੇਖ ਸਕਦੇ, ਟੋਲ ਪਲਾਜ਼ੇ ਦੇ ਉੱਪਰ ਕਿਸਾਨ ਧਰਨੇ 'ਤੇ ਬੈਠੇ ਹੋਏ ਨੇ, ਪੂਰੀ ਤਰ੍ਹਾਂ ਬੰਦ ਕੀਤਾ ਹੈ, ਉੱਥੋਂ ਹੀ ਨਿਕਲ ਕੇ ਗਏ ਨੇ ਸਾਡੇ MP ਸਾਹਿਬ, ਮੁੱਖ ਮੰਤਰੀ ਸਾਹਿਬ, ਕੀ 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 ਕਹਿਣਾ ਚਾਹੋ ਇਸ ਬਾਰੇ? ਦੇਖੋ ਜੇ ਟਾਈਮ ਪੀਰੀਅਡ ਖਤਮ ਹੋ ਗਿਆ ਤਾਂ ਸਾਨੂੰ ਜ਼ਰੂਰ ਬੰਦ ਕਰਨਾ ਚਾਹੀਦਾ। ਪੰਜਾਬ ਦੇ ਵਿੱਚ ਸਿੱਖ ਕਮਿਊਨਿਟੀ ਜ਼ਿਆਦਾ ਹੈ, ਪਰ ਜਿਹੜਾ ਸਾਡਾ ਭਾਈਚਾਰਾ ਉਹ ਸਭ ਤੋਂ ਅੱਗੇ ਹੈ। ਦਰਬਾਰ ਸਾਹਿਬ ਹੈ ਸਾਡਾ, ਜੇ ਸਿੱਖਾਂ ਦਾ ਸਭ ਤੋਂ ਵੱਡਾ ਧਰਮ ਸਥਾਨ ਜੇ ਗਿਣਿਆ ਜਾਵੇ ਪੰਜਾਬ ਦੇ ਵਿੱਚ, ਅਤੇ ਉਹਦੇ ਵਿੱਚ 4 ਦਰਵਾਜ਼ੇ ਹੈ। ਹਰ ਦਰਵਾਜ਼ੇ ਦਾ ਮਤਲਬ ਇਹ ਹੀ ਸੀ ਕਿ ਹਰ ਧਰਮ ਦਾ ਬੰਦਾ ਉੱਥੇ ਮੱਥਾ ਟੇਕਣ ਆ ਸਕਦਾ ਜੀ।
ਮੇਰੇ ਹਿਸਾਬ ਨਾਲ ਸ਼ਾਇਦ ਸਰਦਾਰਾਂ ਨਾਲੋਂ ਵੱਧ ਉੱਥੇ ਹਿੰਦੂ ਕਮਿਊਨਿਟੀ ਜਾਂ ਹੋਰ ਕੋਈ ਕਮਿਊਨਿਟੀਆਂ ਜਿਹੜੀਆਂ ਮੁਸਲਿਮ ਹੋਵੇ ਸਾਰੇ ਮੱਥਾ ਟੇਕਣ ਜਾਂਦੇ ਆ, ਸਭ ਹੀ ਜਾਂਦੇ ਆ। ਸ਼ਰਧਾ ਜੀ ਜਿੰਨੇ ਵੀ ਬਾਹਰੋਂ ਆਉਣਾ ਪੰਜਾਬ 'ਚ ਜਿਹੜਾ ਬੰਦਾ ਆਉਂਦਾ, ਕੋਈ ਫਿਲਮ ਸਟਾਰ ਆਉਂਦਾ, ਕੋਈ ਬਾਹਰੋਂ ਕੋਈ ਵੀ ਵੱਡੇ ਤੋਂ ਵੱਡਾ ਬੰਦਾ ਆਉਂਦਾ, ਉਹ ਸਪੈਸ਼ਲ ਦਰਬਾਰ ਸਾਹਿਬ ਜ਼ਰੂਰ ਮੱਥਾ ਟੇਕਣ ਜਾਂਦਾ। ਅਤੇ ਜੇ ਅਸੀਂ ਲੁਧਿਆਣੇ ਤੋਂ ਦਰਬਾਰ ਸਾਹਿਬ ਜਾਣਾ ਹੋਵੇ, 3 ਟੋਲ ਪਲਾਜ਼ਾ ਆਉਂਦੇ ਜੀ ਰਸਤੇ 'ਚ। ਸਭ ਤੋਂ ਮਹਿੰਗਾ ਪੰਜਾਬ ਦਾ ਜਿਹੜਾ ਟੋਲ ਪਲਾਜ਼ਾ ਉਹ ਦਰਬਾਰ ਸਾਹਿਬ ਦੇ ਰਸਤੇ 'ਚ ਆਉਂਦਾ। ਇਹ ਕਿਉਂ? ਇਹ ਸ਼ਰਧਾਲੂਆਂ ਨਾਲ ਇਹ ਸਰੇਆਮ ਧੱਕਾ ਵੈ। ਇਹ ਸਾਡੀ ਪੰਜਾਬ ਸਰਕਾਰ ਇਹ ਕਹਿੰਦੀ ਜੀ ਅਸੀਂ ਹਤੈਸ਼ੀ ਹਾਂ ਪੰਜਾਬ ਦੇ। ਇਹ ਹਤੈਸ਼ੀ ਨਹੀਂ, ਇਹ ਦੁਸ਼ਮਣ ਹੈ ਪੰਜਾਬ ਦੇ। ਜੋ ਹਾਲਾਤ ਤੁਸੀਂ ਦੇਖ ਰਹੇ ਹੋ, ਪਿਛਲੀਆਂ ਸਰਕਾਰਾਂ 'ਚ ਵੀ ਸੀਗਾ ਟੋਲ ਪਲਾਜ਼ਾ, ਸੀ ਕਹਿੰਦੇ ਨਹੀਂ ਨਹੀਂ ਸੀਗਾ, ਸੀਗਾ ਪਰ ਰੇਟ ਜਿਹੜੇ ਸੀ ਉਹ ਰੀਜ਼ਨੇਬਲ ਸੀ। ਪਰ ਕਾਫੀ ਸਾਲਾਂ ਤੋਂ ਰੈਗੂਲਰ ਚੱਲਿਆ ਆ ਰਿਹਾ, ਹੁਣ ਦਾ ਟਾਈਮ ਪੀਰੀਅਡ ਵੀ ਖਤਮ ਹੋ ਚੁੱਕਾ ਹੋਇਆ। ਜੇ ਟਾਈਮ ਪੀਰੀਅਡ ਖਤਮ ਹੋ ਗਿਆ ਤਾਂ ਨੈਚੁਰਲੀ ਗੱਲ ਹੈ ਉਹਨੂੰ ਟੋਲ ਪਲਾਜ਼ਾ ਨੂੰ ਬੰਦ ਕਰਨਾ ਚਾਹੀਦਾ, ਰੇਟ ਸਗੋਂ ਘਟਾਉਣਾ ਚਾਹੀਦਾ। ਪਤਾ ਉੱਥੇ ਸ਼ਰਧਾਲੂਆਂ ਨੇ ਜਾਣਾ, ਨਾ ਕਿ ਆਪਾਂ ਉਸ ਰੇਟ ਨੂੰ ਵਧਾ ਰਹੇ ਹਾਂ। ਅੱਜ ਜਦੋਂ ਇਲੈਕਸ਼ਨ ਆਏ ਸੀ, ਹਰ ਪੋਲੀਟੀਸ਼ੀਅਨ, ਚਾਹੇ ਉਹ ਕਾਂਗਰਸ ਦਾ ਸੀ, ਚਾਹੇ ਉਹ ਬੀਜੇਪੀ ਦਾ ਸੀ, ਚਾਹੇ ਉਹ ਆਮ ਆਦਮੀ ਪਾਰਟੀ ਦਾ ਸੀ, ਹਰ ਪੋਲੀਟੀਸ਼ੀਅਨ ਬਿਆਸ ਜਾ ਕੇ ਮੱਥਾ ਟੇਕ ਕੇ ਆਇਆ ਜੀ। ਬਾਬਾ ਜੀ ਨੂੰ ਮਿਲ ਕੇ ਆਇਆ, ਡੇਰਾ ਬਿਆਸ ਗਏ, ਸਾਰੇ ਦਰਬਾਰ ਸਾਹਿਬ ਗਏ, ਸਾਰੇ ਗੁਰੂ ਘਰ ਗਏ, ਸਾਰਿਆਂ ਨੂੰ ਉਦੋਂ ਜਦੋਂ ਲੋੜ ਸੀ ਉਦੋਂ ਤਾਂ ਗੁਰੂ ਘਰ ਪਹੁੰਚ ਗਏ। ਅੱਜ ਜਦੋਂ ਸਾਨੂੰ ਸ਼ਰਧਾਲੂਆਂ ਨੂੰ, ਜਦੋਂ ਆਮ ਸੰਗਤ ਨੂੰ ਲੋੜ ਹੈ, ਉਦੋਂ ਸਾਡਾ ਕੋਈ ਵੀ ਪੋਲੀਟੀਸ਼ੀਅਨ ਸਾਡੇ ਨਾਲ ਖੜਾ ਸਾਨੂੰ ਨਹੀਂ ਦੇਖਿਆ। ਕਿਸਾਨ ਮੋਰਚੇ ਵਾਲੇ ਨੇ ਬੰਦ ਕਰਾ ਦਿੱਤਾ ਜੀ ਅੱਜ ਟੋਲ ਪਲਾਜ਼ਾ, ਉਹਦੇ ਲਈ ਪਬਲਿਕ ਦਾ ਬੈਨੀਫਿਟ ਤਾਂ ਹੋ ਰਿਹਾ, ਪਰ ਸਰਕਾਰ ਨੂੰ ਇਹ ਚੀਜ਼ ਚਾਹੀਦੀ ਸੀ, ਪਰ ਸਰਕਾਰ ਇਹ ਚੀਜ਼ ਨਹੀਂ ਸੋਚ ਰਹੀ। ਤੁਹਾਡੇ ਹਿਸਾਬ ਨਾਲ ਜੋ ਕਿਸਾਨਾਂ ਨੇ ਧਰਨਾ ਲਗਾ ਕੇ ਬੰਦ ਕਰ ਦਿੱਤਾ, ਉਹ ਜਾਇਜ਼ ਹੈ? ਦੇਖੋ ਜੀ, ਸਰਕਾਰ ਨੂੰ ਆਉਣਾ ਚਾਹੀਦਾ, ਸੀਐਮ ਸਾਹਿਬ ਆਉਣ, ਮੰਤਰੀ ਸਾਹਿਬ ਆਉਣ, ਆ ਕੇ ਗੱਲ ਕਰਨ, ਉਹਨਾਂ ਨੂੰ ਸਾਹਮਣੇ ਜੋ ਦਿਖਾ ਰਹੇ ਆ ਉਹ ਪੇਪਰ ਦਿਖਾ ਰਹੇ ਆ ਕਿ ਟਾਈਮ ਪੀਰੀਅਡ ਖਤਮ ਹੋ ਚੁੱਕਾ, ਜਾਂ ਤਾਂ ਆ ਕੇ ਸਾਹਮਣੇ ਆ ਕੇ ਗੱਲ ਕਰ ਲੈਣ, ਜਾਂ ਟੋਲ ਪਲਾਜ਼ਾ ਰੇਟ ਘਟਾਉਣ, ਨਹੀਂ ਤਾਂ ਫਿਰ ਅਗਲੇ ਸਹੀ ਵੀ ਕਰ ਰਿਹਾ ਜੀ ਜੇ ਇਹ ਕੰਮ ਕਰ ਰਿਹਾ ਜੀ। ਚਲੋ ਜੀ, ਆਪਣੀ ਗੱਲ ਕੀਤੀ ਹੈ ਲੁਧਿਆਣੇ ਦੇ ਮਾਹੌਲ ਦੀ, ਤਾਂ ਬਹੁਤ ਖਰਾਬ ਹੋ ਚੁੱਕਾ ਜਿਵੇਂ ਤੁਸੀਂ ਦੇਖਦੇ, ਪਿੱਛੇ ਖਬਰਾਂ ਆਈਆਂ ਨੇ ਸ਼ਿਵ ਸੈਨਾ ਦੇ ਅੱਗੇ ਦੇ ਉੱਪਰ ਹਮਲਾ ਹੋ ਰਿਹਾ, ਕਿਸ ਐਂਗਲ ਤੋਂ ਦੇਖਦੇ ਸਰ ਉਸ? ਮੈਂ ਹਮੇਸ਼ਾ ਇਹੀ ਕਹਿੰਦਾ ਆਇਆ ਵਾਂ, ਸਭ ਤੋਂ ਪਹਿਲਾਂ ਇਨਸਾਨੀਅਤ, ਇਨਸਾਨ ਦੀ ਇਨਸਾਨੀਅਤ ਨਹੀਂ ਮਰਨੀ ਚਾਹੀਦੀ, ਸਾਰਾ ਕੁਛ ਮਰ ਜਾਵੇ। ਕੋਈ ਵੀ ਧਰਮ ਬਾਅਦ 'ਚ ਹੁੰਦਾ, ਪਹਿਲਾਂ ਅਸੀਂ ਇਨਸਾਨ ਹਾਂ, ਸਾਡੀ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ। ਜੇ ਸਾਡੇ ਵਿੱਚ ਇਨਸਾਨੀਅਤ ਜਿੰਦੀ ਰਹੇਗੀ ਤਾਂ ਹੀ ਅਸੀਂ ਕਿਸੇ ਦਾ ਭਲਾ ਕਰ ਸਕਦੇ ਹਾਂ। ਇੱਦਾਂ ਦੀ ਘਟਨਾਵਾਂ ਪੰਜਾਬ 'ਚ ਨਹੀਂ ਹੋਣੀਆਂ ਚਾਹੀਦੀਆਂ, ਇਹ ਨਿੰਦਣਯੋਗ ਹੈ। ਕਿਉਂਕਿ ਪੰਜਾਬ ਜਿਹੜਾ ਸਾਡਾ, ਇਹ ਗੁਰੂਆਂ ਪੀਰਾਂ ਦੀ ਧਰਤੀ ਹੈ, ਇੱਥੇ ਸਹਿਚਾਰ ਹੈ। ਹੁਣ ਤੁਸੀਂ ਵੀ ਹਿੰਦੂ ਹੋ, ਮੈਂ ਸਰਦਾਰ ਹਾਂ, ਮੈਨੂੰ ਨਹੀਂ ਲੱਗਦਾ ਸ਼ਾਇਦ ਸਾਡੇ 'ਚ ਕੋਈ ਫਰਕ ਹੈ। ਜੇ ਅਸੀਂ ਰੋਟੀ ਖਾਣੀ ਹੁੰਦੀ ਅਸੀਂ ਇਕੱਠੇ ਬਹਿ ਕੇ ਖਾ ਲਈਦਾ, ਜਦੋਂ ਗੁਰੂ ਦਾ ਲੰਗਰ ਛਕੀਦਾ ਹੈ, ਗੁਰਦੁਆਰਾ ਸਾਹਿਬ ਜਾ ਕੇ ਅਸੀਂ ਲੰਗਰ ਛਕਦੇ ਹਾਂ, ਉੱਥੇ ਧਰਮ ਨਹੀਂ ਪੁੱਛਿਆ ਜਾਂਦਾ, ਲੰਗਰ ਦਿੱਤਾ ਜਾਂਦਾ। ਅਤੇ ਸਾਨੂੰ ਇਹ ਚੀਜ਼ਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ, ਮੇਰੀ ਇਹ ਸੋਚ ਹੈ ਜੀ। ਜਿਸ ਤਰ੍ਹਾਂ ਦੇਖਿਆ ਵੀ ਸੀ ਪੀ ਸਾਹਿਬ ਵੱਲੋਂ ਵੀ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਵੀ ਜੋ ਵੀ ਸੋਸ਼ਲ ਮੀਡੀਆ ਉੱਪਰ ਭੜਕਾਊ ਭਾਸ਼ਣ ਦੇਗਾ ਤਾਂ ਉਹਨਾਂ ਉੱਪਰ ਕਾਰਵਾਈ ਕੀਤੀ ਜਾਵੇਗੀ, ਜਾਂ ਸੋਸ਼ਲ ਮੀਡੀਆ 'ਤੇ ਕਿਸੇ ਤਰ੍ਹਾਂ ਦਾ ਵੀ ਵਾਇਰਲ ਕਰਦਾ ਹੈ, ਇਹ ਵਧੀਆ ਉਪਰਾਲਾ ਕੀਤਾ ਗਿਆ ਸੀ ਪੀ ਸਾਹਿਬ? ਬਿਲਕੁਲ ਜੀ, ਸਾਡੇ ਕਮਿਸ਼ਨਰ ਚਾਹਲ ਸਾਹਿਬ ਵੱਲੋਂ ਜਿਹੜਾ ਨੋਟਿਸ ਜਾਰੀ ਕੀਤਾ ਗਿਆ, ਇਹ ਵਾਕਈ ਸ਼ਲਾਘਾਯੋਗ ਹੈ। ਕਮਿਸ਼ਨਰ ਸਾਹਿਬ ਨੂੰ ਵਾਕਈ ਸਖ਼ਤ ਐਕਸ਼ਨ ਲੈਣਾ ਚਾਹੀਦਾ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਕਮਿਊਨਿਟੀ ਦਾ ਹੋਵੇ। ਜਦੋਂ ਧਰਮ ਦੇ ਮੁੱਦੇ 'ਤੇ ਕੋਈ ਵੀ ਬੋਲੇ,
ਇਹ ਕਾਰਵਾਈਆਂ ਹੋਣ ਤੋਂ ਪਹਿਲਾਂ, ਝਗੜੇ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਚੱਕ ਲੈਣਾ ਚਾਹੀਦਾ। ਅਤੇ ਜੇ ਆਪਾਂ ਕਹੀਏ, ਚਾਹੇ ਉਹ ਆਪਾਂ ਕਹੀਏ ਫਿਰ ਨਿਹੰਗ ਸਿੰਘ ਹੈ, ਚਾਹੇ ਉਹ ਆਪਣੇ ਸ਼ਿਵ ਸੈਨਾ ਵਾਲੇ ਹੈ, ਚਾਹੇ ਉਹ ਖਾਲਿਸਤਾਨ ਵਾਲੇ ਹੈ, ਜਦੋਂ ਭੜਕਾਊ ਭਾਸ਼ਣ ਦਿੰਦੇ ਹੈ, ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਉਦੋਂ ਹੀ ਉਹਨਾਂ 'ਤੇ ਨੱਥ ਪਾ ਲੈਣੀ ਚਾਹੀਦੀ, ਉਦੋਂ ਹੀ ਕਾਰਵਾਈ ਪਾ ਲੈਣੀ ਚਾਹੀਦੀ ਹੈ, ਇੱਦਾਂ ਦੀ ਘਟਨਾਵਾਂ ਹੋਣ ਤੋਂ ਪਹਿਲਾਂ ਹੀ। ਆਪਾਂ ਵੇਟ ਕਰਦੇ ਹਾਂ, ਇਹ ਘਟਨਾਵਾਂ ਹੋਣ ਤੋਂ ਬਾਅਦ ਆਪਾਂ ਐਕਸ਼ਨ 'ਚ ਆਉਂਦੇ ਹਾਂ। ਜੇ ਆਪਾਂ ਪਹਿਲਾਂ ਹੀ ਐਕਸ਼ਨ 'ਚ ਆ ਜਾਈਏ ਤਾਂ ਸ਼ਾਇਦ ਇਹੋ ਜਿਹੀ ਘਟਨਾਵਾਂ ਜਿਹੜੀਆਂ ਉਹ ਘੱਟ ਜਾਣ। ਜਿਹੜੇ ਸ਼ਰਾਰਤੀ ਅਨਸਰ ਹੈ ਲੁਧਿਆਣੇ 'ਚ, ਹੈਗੇ 5-7 ਇੱਦਾਂ ਦੇ, ਮੈਂ ਨਾਮ ਨਹੀਂ ਲੈਣਾ ਚਾਹਾਂਗਾ ਅਤੇ ਨਾ ਮੈਂ ਇਹ ਮੁੱਦੇ ਦੇ ਵਿੱਚ ਫਸਣਾ ਚਾਹਾਂਗਾ, ਪਰ ਇਹ ਸਰਕਾਰ ਦਾ ਫਰਜ਼ ਬਣਦਾ ਹੈ। ਕਮਿਸ਼ਨਰ ਸਾਹਿਬ ਨੇ ਬੜੀ ਚੰਗੀ ਗੱਲ ਕਹੀ ਹੈ ਅਤੇ ਕਮਿਸ਼ਨਰ ਸਾਹਿਬ ਨੂੰ ਚਾਹੀਦਾ ਕਿ ਉਹਨਾਂ ਨੂੰ ਪਹਿਲਾਂ ਹੀ ਨੱਥ ਪਾ ਲੈਣੀ ਚਾਹੀਦੀ ਹੈ ਕਿ ਜਿਹਦੇ ਨਾਲ ਸਾਡੇ ਲੁਧਿਆਣੇ ਦਾ, ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ। ਅਤੇ ਇਸ ਜਗ੍ਹਾ 'ਤੇ, ਇਸ ਮੁੱਦੇ 'ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਐਪਰੀਸ਼ੀਏਟ ਕਰਾਂਗੇ, ਉਹਨਾਂ ਨੇ ਬੜਾ ਚੰਗਾ ਕੰਮ ਕੀਤਾ ਅਤੇ ਸਖ਼ਤ ਐਕਸ਼ਨ ਲਿੱਤਾ, ਇਸ ਗੱਲ ਲਈ ਅਸੀਂ ਕਮਿਸ਼ਨਰ ਸਾਹਿਬ ਦੇ ਧੰਨਵਾਦੀ ਹਾਂ ਜੀ, ਕਿ ਸਾਡੇ ਲੁਧਿਆਣਾ ਵਾਸੀਆਂ ਦਾ ਉਹਨਾਂ ਨੇ ਖਿਆਲ ਰੱਖਿਆ। ਲੁਧਿਆਣਾ ਵਾਸੀਆਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਆਪਣੇ ਹਲਕੇ ਨੂੰ ਲੈ ਕੇ ਵੀ? ਮੈਂ ਇਹੀ ਅਪੀਲ ਕਰਾਂਗਾ ਜੀ ਕਿ ਇਨਸਾਨੀਅਤ ਪਹਿਲਾਂ, ਰਾਜਨੀਤੀ ਬਾਅਦ 'ਚੋਂ, ਪਾਲਟੀਬਾਜ਼ੀ ਬਾਅਦ 'ਚੋਂ, ਧਰਮ ਬਾਅਦ 'ਚੋਂ। ਸਾਡੇ ਬਾਬੇ ਨਾਨਕ ਨੇ ਸਾਨੂੰ ਸਿਖਾਇਆ ਕਿ ਹਮੇਸ਼ਾ ਜੇ ਹੋ ਸਕਦਾ ਤਾਂ ਕਿਸੇ ਦਾ ਭਲਾ ਕਰੋ, ਅਤੇ ਜੇ ਅੱਜ ਪਰਮਾਤਮਾ ਨੇ ਤੁਹਾਨੂੰ ਤਾਕਤ ਦਿੱਤੀ ਹੈ, ਜੇ ਤੁਸੀਂ, ਤੁਹਾਨੂੰ ਪੈਸਾ ਦਿੱਤਾ, ਤੁਸੀਂ ਪੈਸੇ ਦੇ ਨਾਲ ਮਦਦ ਕਰੋ, ਜੇ ਤੁਹਾਨੂੰ ਸ਼ੋਹਰਤ ਦਿੱਤੀ ਹੈ, ਤੁਹਾਨੂੰ ਤਾਕਤ ਦਿੱਤੀ ਹੈ ਰਾਜਨੀਤੀ ਦੇ ਵਿੱਚ, ਤਾਂ ਤੁਸੀਂ ਉਸ ਤੌਰ 'ਤੇ ਮਦਦ ਕਰੋ, ਸਗੋਂ ਆਪਣੇ ਤੋਂ ਨੀਵੇਂ ਬੰਦੇ ਨੂੰ ਉਹਨਾਂ ਦੀ ਮਦਦ ਕਰੋ, ਉਹਨਾਂ ਨੂੰ ਮਹਿਸੂਸ ਨਾ ਹੋਣ ਦਿਓ ਕਿ ਉਹ ਮਜਬੂਰ ਹੈ। ਸਾਡੇ ਫਾਦਰ ਸਾਹਿਬ ਵੀ ਕਹਿੰਦੇ ਆ ਕਿ ਜੇ ਸਾਡੇ ਦਫ਼ਤਰ ਦੇ ਵਿੱਚ ਕੋਈ ਮਜਬੂਰ ਬੰਦਾ ਆਵੇ, ਉਹਦੇ ਨਾਲ ਉੱਠ ਕੇ ਪਹਿਲਾਂ ਚੱਲ ਜਾਇਆ ਕਰ, ਜੇ ਕੋਈ ਤਗੜਾ ਬੰਦਾ ਆਵੇ ਉਹਦਾ ਕੰਮ ਭਾਵੇਂ 10 ਮਿੰਟ ਲੇਟ ਕਰ ਦਿਆ ਕਰ। ਤਗੜੇ ਦਾ ਕੰਮ ਤਾਂ ਕਿਸੇ ਨਾ ਕਿਸੇ ਨੇ ਕਰਾ ਹੀ ਦੇਣਾ, ਪਰ ਜਿਹੜਾ ਮਜਬੂਰ ਬੰਦਾ ਹੋਏਗਾ ਉਹਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਮੇਰੀ ਵੀ ਇਹ ਸੋਚ ਹੈ, ਮੇਰੇ ਫਾਦਰ ਸਾਹਿਬ ਦੀ ਵੀ ਇਹੀ ਸੋਚ ਹੈ, ਅਤੇ ਸਾਡੇ ਗੁਰੂ ਮਹਾਰਾਜ ਜੀ ਵੀ ਸਾਨੂੰ ਇਹੀ ਸਿਖਾਉਂਦੇ ਆ। ਅਤੇ ਸਭ ਤੋਂ ਪਹਿਲਾਂ ਮੈਂ ਬਾਰ ਬਾਰ ਇੱਕ ਗੱਲ ਕਹਾਂਗਾ, ਇਨਸਾਨੀਅਤ, ਇਨਸਾਨ ਨੂੰ ਇਨਸਾਨੀਅਤ ਨਹੀਂ ਭੁੱਲਣੀ ਚਾਹੀਦੀ, ਜਿਹੜੀ ਸਾਡੀ ਨੈਤਿਕ ਜ਼ਿੰਮੇਵਾਰੀ ਹੈ, ਸਾਡੀ ਇਨਸਾਨ ਹੋਣ ਦੀ ਜ਼ਿੰਮੇਵਾਰੀਆਂ, ਗਰੀਨਰੀ, ਪੇੜ ਲਗਾਉਣੇ, ਵਾਤਾਵਰਨ ਨੂੰ ਸਵੱਛ ਰੱਖਣਾ, ਆਲੇ ਦੁਆਲੇ ਦੀ ਸਫਾਈ ਰੱਖਣਾ, ਪਾਣੀ ਦੀ ਬਚਾਓ ਕਰਨਾ, ਜਾਂ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਉਹਦੇ ਨਾਲ ਖਲੋਣਾ, ਇਹ ਸਭ ਤੋਂ ਜ਼ਰੂਰੀ ਚੀਜ਼ਾਂ ਮੈਂ ਇਹ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਚਾਹੁੰਦਾ ਕਿ ਆਪਣੇ ਆਂਢ ਗੁਆਂਢ, ਬਰਸਾਤਾਂ ਦੇ ਦਿਨ, ਹੁਣ ਬਿਮਾਰੀਆਂ ਫੈਲਣ ਦਾ ਟਾਈਮ ਆ ਚੁੱਕਾ, ਮੱਛਰ ਆਉਣਗੇ, ਬਿਮਾਰੀਆਂ ਫੈਲਣਗੀਆਂ, ਆਪਾਂ ਹੋ ਸਕੀਏ ਆਪਣੇ ਆਲੇ ਦੁਆਲੇ ਸਫਾਈ ਰੱਖੀਏ ਤਾਂ ਕਿ ਬਿਮਾਰੀਆਂ ਨਾ ਫੈਲਣ। ਆ ਸਾਡੇ ਵਾਰਡ ਵਿੱਚ ਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਮੇਰੇ ਨੰਬਰ 'ਤੇ ਮੈਨੂੰ ਕੰਟੈਕਟ ਕਰੋ, ਮੈਨੂੰ ਵਟਸਐਪ ਕਰ ਲਓ, ਫੋਨ ਕਰ ਲਓ, ਅਤੇ ਮੈਂ ਹੋ ਸਕਿਆ ਜਿੰਨੀ ਉਹਨਾਂ ਦੀ ਮਦਦ ਕਰ ਸਕਾਂਗਾ। ਸਾਨੂੰ ਬੂਟੇ ਲਾਉਣੇ ਚਾਹੀਦੇ ਆ, ਇਹ ਦਿਨਾਂ 'ਚ ਜਿਹੜੀ ਗਰੀਨਰੀ ਹੈ, ਪੇੜ ਬੂਟੇ ਲਾਵਾਂਗੇ ਉਹ ਵਧਣ ਫੁੱਲਣਗੇ, ਇਹ ਟਾਈਮ ਹੈ ਬੂਟੇ ਲਾਉਣ ਦਾ, ਅਤੇ ਸਾਨੂੰ ਬੂਟੇ ਲਾਉਣੇ ਚਾਹੀਦੇ ਆ, ਵਾਤਾਵਰਨ ਸਵੱਛ ਹੋਏਗਾ, ਅਤੇ ਅਸੀਂ ਆਪਣੇ ਆਪ ਲਈ ਲਾਉਣੇ ਆ, ਅਸੀਂ ਕਿਸੇ ਲਈ ਨਹੀਂ ਲਾਉਣੇ, ਆਪਣੇ ਭਵਿੱਖ ਲਈ ਲਾਉਣੇ ਆ, ਆਪਣੇ ਬੱਚਿਆਂ ਲਈ ਲਾਉਣੇ ਆ, ਐਜ਼ ਏ ਫਿਊਚਰ ਜਿਹੜਾ ਸਾਡਾ ਉਹ ਦਿਨੋ ਦਿਨ ਮਾੜਾ ਹੋ ਰਿਹਾ, ਬਿਮਾਰੀਆਂ ਵੱਧ ਰਹੀਆਂ। ਠੀਕ ਹੈ ਜੀ, ਸਰ ਤੁਸੀਂ ਆਪਣਾ ਬਹੁਤ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਨਹੀਂ, ਸਾਡਾ ਸਮਾਂ ਤਾਂ ਜੀ ਭਰਾਵਾਂ ਦੇ ਨਾਲ ਹੀ ਹੈ, ਅਸੀਂ ਤੁਹਾਡਾ ਧੰਨਵਾਦ ਕਰਾਂਗੇ, ਜਿਹੜਾ ਤੁਸੀਂ ਆਏ ਸਾਨੂੰ ਇੰਨਾ ਕਾਬਲ ਸਮਝਿਆ, ਅਤੇ ਪਰਮਾਤਮਾ ਮਿਹਰ ਕਰੇ ਤੁਹਾਡਾ ਚੈਨਲ ਵੀ ਵਧੇ ਫੁੱਲੇ,
ਅਤੇ ਸਾਡਾ ਪੰਜਾਬ ਵੀ ਤਰੱਕੀ ਦੇ ਰਾਹ 'ਤੇ ਜਾਏ। ਸਾਨੂੰ ਬੜੀ ਉਮੀਦ ਸੀ ਕਿ ਭਗਵੰਤ, ਅਸੀਂ ਵੋਟ ਦੇਖੋ ਬੀਜੇਪੀ ਨੂੰ ਪਾਈ ਹੈ, ਅਸੀਂ ਇੰਡੀਪੈਂਡੈਂਟ ਇਲੈਕਸ਼ਨ ਲੜਦੇ ਹਾਂ, ਪਰ ਅਸੀਂ ਬੀਜੇਪੀ ਦਾ ਸਮਰਥਨ ਕੀਤਾ, ਅਸੀਂ ਬੀਜੇਪੀ ਨੂੰ ਵੋਟ ਪਾਈ ਹੈ। ਪਰ ਜਦੋਂ ਭਗਵੰਤ ਮਾਨ ਜੀ CM ਬਣ ਗਏ ਸੀਗੇ ਅਤੇ ਉਹ ਸਾਡੇ ਵੀ CM ਸੀ, ਜਿਹੜੇ ਸਾਡੇ ਮੌਕੇ ਦੇ MLA ਬਣੇ ਹੈ ਅਤੇ ਉਹ ਸਾਡੇ ਵੀ MLA ਹੈ। ਇਲੈਕਸ਼ਨਾਂ ਤੋਂ ਪਹਿਲਾਂ ਮੰਨ ਸਕਦੇ ਹੋ ਕਿਸੇ ਪਾਰਟੀ ਦੇ MLA ਜਾਂ ਮੁੱਖ ਮੰਤਰੀ ਸੀਗੇ, ਅੱਜ ਉਹ ਸਾਡੇ ਵੀ MLA ਹੈ, ਸਾਡੇ ਵੀ ਮੁੱਖ ਮੰਤਰੀ ਹੈ, ਕਿਉਂਕਿ ਅਸੀਂ ਪੰਜਾਬ ਦੇ ਵਸਨੀਕ ਹਾਂ। ਅਸੀਂ ਉਹਨਾਂ ਅੱਗੇ ਬੇਨਤੀ ਕਰਦੇ ਹਾਂ ਕਿ ਵੈਸੇ ਤਾਂ ਮੈਂ ਦੇਖਦਾ ਜੋ TV ਵਿੱਚ ਬੜਾ ਚੰਗਾ ਲੱਗਦਾ ਹੈ, ਪਰ ਜਦੋਂ ਅਸੀਂ ਗਰਾਊਂਡ ਰਿਐਲਿਟੀ 'ਚ ਦੇਖਦੇ ਹਾਂ ਨਾ, ਅੱਖਾਂ ਖੋਲ੍ਹਦੇ ਹਾਂ ਤਾਂ ਸਾਨੂੰ ਟੋਏ ਟਿੱਬੇ ਹੀ ਨਜ਼ਰ ਆਉਂਦੇ ਹੈ ਹਰ ਮੁੱਦੇ ਦੇ ਵਿੱਚ। ਅਸੀਂ ਚਾਹੁੰਦੇ ਹਾਂ ਕਿ ਉਹ ਟੋਏ ਟਿੱਬੇ ਭਰੇ ਜਾਣ। ਮੈਨੂੰ ਭਗਵੰਤ ਮਾਨ ਜੀ ਦੀ ਇੱਕ ਸਪੀਚ ਚੇਤੇ ਆ ਜਾਂਦੀ ਹੈ, ਭਗਵੰਤ ਮਾਨ ਜੀ ਦੀ ਮੈਂ ਸਪੀਚ ਸੁਣੀ ਸੀ, ਮੈਨੂੰ ਬੜੀ ਚੰਗੀ ਲੱਗੀ ਸੁਣੀ, ਜਦੋਂ ਮੁੱਖ ਮੰਤਰੀ ਦੇ ਇਲੈਕਸ਼ਨ ਸੀ MLA ਦੇ, ਅਤੇ ਉਹ ਕਹਿੰਦੇ ਇੱਕ ਨਾ ਬਾਂਦਰ ਸੀ, ਉਹ ਕਹਿੰਦਾ ਮੈਂ ਰਾਜਾ ਬਣ ਜਾ, ਅਤੇ ਸ਼ੇਰ ਮੂਡ 'ਚ ਬੈਠਾ ਸੀ, ਸ਼ੇਰ ਕਹਿੰਦਾ ਚੱਲ ਬਣ ਜਾ ਤੂੰ ਬਾਕੀ ਜਾਨਵਰਾਂ ਨੂੰ ਪੁੱਛ ਲੈ। ਅਤੇ ਜਦੋਂ ਬਾਕੀ ਜਾਨਵਰਾਂ ਕੋਲ ਜਾਂਦਾ, ਬਾਕੀ ਜਾਨਵਰਾਂ ਨੂੰ ਪੁੱਛਦਾ ਕਿ ਮੈਂ ਰਾਜਾ ਬਣ ਜਾ, ਉਹ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ, ਜੇ ਸ਼ੇਰ ਨੇ ਕਹਿਤਾ ਤੂੰ ਰਾਜਾ ਬਣ ਜਾ ਤਾਂ ਬਣ ਜਾ ਭਾਈ। ਅਤੇ ਬਾਂਦਰ ਨੂੰ ਸਰਵ ਸਮਿਤੀ ਨਾਲ ਰਾਜਾ ਬਣਾ ਦਿੱਤਾ ਜਾਂਦਾ। ਬਾਂਦਰ ਜਦੋਂ ਰਾਜਾ ਬਣ ਜਾਂਦਾ, ਇੱਕ ਭੇਡ ਜਾਂਦੀ ਹੈ ਬਾਂਦਰ ਕੋਲ, ਰਾਜਾ ਜੀ ਸ਼ੇਰ ਜਿਹੜਾ ਮੇਰਾ ਬੱਚਾ ਖਾਣ ਲੱਗਾ,